ਪਾਠ 14ਵਾਂ ਬਹਾਦਰ ਸਿੰਘ ਬਲ ਬਜ਼ੁਰਗ ਖਿਡਾਰੀ ਮੈਡਮ ਜੀ ਇਹ ਬੁੱਢੇ ਜਿਹੇ ਅੰਕਲ ਕੌਣ ਆਏ ਸੰ ਸਕੂਲ ਵਿੱਚ ਸਰਗੁਣ ਪੁੱਤਰ ਇਹ ਬੁੱਢੇ ਅੰਕਲ ਤੁਹਾਡੇ ਐਥਲੈਟਿਕਸ ਦੇ ਨਵੇਂ ਕੋਚ ਹਨ ਹਾਂ ਨਾਲੇ ਐਵੇਂ ਬੁੱਢੇ ਜਿਹੇ ਅੰਕਲ ਨਹੀਂ ਬੋਲੀਦਾ ਮੈਡਮ ਜੀ ਇਹ ਤਾਂ ਇੰਨੇ ਬਜ਼ੁਰਗ ਹਨ ਇਹ ਸਾਨੂੰ ਕਿਵੇਂ ਸਿਖਾਉਣਗੇ ਪੁੱਤਰ ਇਨ੍ਹਾਂ ਬਜ਼ੁਰਗਾਂ ਤੋਂ ਹੀ ਸਾਨੂੰ ਸਿੱਖਣ ਨੂੰ ਮਿਲਦਾ ਹੈ ਇਹੀ ਤਾਂ ਸਾਡੇ ਪ੍ਰੇਰਨਾ ਸਰੋਤ ਹਨ ਪ੍ਰੇਰਨਾ ਸਰੋਤ ਉਹ ਕਿਵੇਂ ਆਓ ਮੈਂ ਤੁਹਾਨੂੰ ਇੱਕ ਬਜ਼ੁਰਗ ਖਿਡਾਰੀ ਬਹਾਦਰ ਸਿੰਘ ਬਲ ਬਾਰੇ ਦੱਸਦੀ ਹਾਂ ਫਿਰ ਤੁਹਾਨੂੰ ਪਤਾ ਲੱਗੇਗਾ ਆਓ ਮਿਲ ਕੇ ਪਾਠ ਪੜ੍ਹੀਏ ਵਡੇਰੀ ਉਮਰ ਦੇ ਵਿਅਕਤੀ ਬਾਰੇ ਪੰਜਾਬੀ ਵਿੱਚ ਆਮ ਕਿਹਾ ਜਾਂਦਾ ਹੈ ਕਿ ਫਲਾ ਵਿਅਕਤੀ ਹੁਣ 70ਆ ਬਹਤਰਿਆ ਪਿਆ ਹੈ ਪਰ ਜਦੋਂ ਤੁਸੀਂ 75 ਸਾਲ ਦੀ ਉਮਰ ਦੇ ਵਿਅਕਤੀ ਨੂੰ 100 ਮੀਟਰ 200 ਮੀਟਰ 400 ਮੀਟਰ ਦੌੜ ਵਿੱਚੋਂ ਮੈਡਲ ਲੈਂਦੇ ਵੇਖੋ ਤਾਂ ਉਸ ਨੂੰ 100 ਵਾਰੀ ਸਲਾਮ ਕਹਿਣ ਨੂੰ ਜੀ ਕਰਦਾ ਹੈ ਬਹਾਦਰ ਸਿੰਘ ਬਲਵੀ ਅਜਿਹੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਹਨ ਜਿਸ ਦੀ ਰਗ ਰਗ ਵਿੱਚ ਖੇਡਾਂ ਦਾ ਜਾ ਅਤੇ ਉਮਾ ਤਾਂਗਾ ਮਾਰਦਾ ਹੈ ਉਹ ਹੁਣ ਤੱਕ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਆਪਣੀ ਉਮਰ ਦੇ ਐਥਲੀਟਾਂ ਨੂੰ ਪਛਾੜਦੇ ਹੋਏ ਆਪਣੀ ਹਿੱਕ ਤੇ ਮੈਡਲਾਂ ਦੀਆਂ ਲਾਈਨਾਂ ਲਵਾ ਚੁੱਕੇ ਹਨ ਫਰਵਰੀ 1947 ਵਿੱਚ ਪਿੰਡ ਰਮੀਦੀ ਵਿਖੇ ਪਿਤਾ ਗੁਰਦੀਪ ਸਿੰਘ ਦੇ ਘਰ ਜਨਮੇ ਬਹਾਦਰ ਸਿੰਘ ਬੱਲ ਨੂੰ ਖੇਡਣ ਦੀ ਗੁੜਤੀ ਪਰਿਵਾਰ ਵਿੱਚੋਂ ਹੀ ਮਿਲ ਗਈ ਸੀ ਉਸ ਦੇ ਦਾਦਾ ਜੀ ਸਰਦਾਰ ਜਗਤ ਸਿੰਘ ਕਪੂਰਥਲਾ ਰਿਆਸਤ ਵਿੱਚ ਦੌੜਾਕ ਅਤੇ ਲੰਬੀ ਛਾਲ ਕਰਕੇ ਮਸ਼ਹੂਰ ਸਨ ਉਸ ਦੇ ਵੱਡਾ ਭਰਾ ਸਰਦਾਰ ਨਾਜ਼ਰ ਸਿੰਘ ਉੱਗੇ ਪਾਰ ਚੁੱਕਣ ਵਾਲੇ ਖਿਡਾਰੀ ਸਨ ਜਦੋਂ ਕਿ ਦੂਜੇ ਭਰਾ ਸਰਦਾਰ ਵਿਕਰਮ ਸਿੰਘ ਵਾਲੀਬਾਲ ਦੇ ਖਿਡਾਰੀ ਸਨ 1963 64 ਵਿੱਚ ਕਿਸੇ ਨੂੰ ਭਰਤੀ ਕਰਾਉਣ ਗਏ ਬਹਾਦਰ ਸਿੰਘ ਆਪ ਵੀ ਨੇਵੀ ਵਿੱਚ ਭਰਤੀ ਹੋ ਗਏ ਸਾਲ 1968 ਵਿੱਚ ਨੇਵੀ ਹੈੱਡ ਕੁਆਟਰ ਨਵੀਂ ਦਿੱਲੀ ਵਿਖੇ ਸਾਲਾਨਾ ਖੇਡਾਂ ਵਿੱਚ ਬੈਸਟ ਐਥਲੀਟ ਦਾ ਖਿਤਾਬ ਜਿੱਤਣ ਉਪਰੰਤ ਹੌਸਲੇ ਬੁਲੰਦ ਹੋਣ ਲੱਗੇ। ਨੀਵੀ ਦੀ ਹਾਕੀ ਟੀਮ ਵਿੱਚ ਚੋਣ ਹੋ ਗਈ ਜਿਸ ਵਿੱਚ ਉਹਨਾਂ ਨੀਵੀ ਲਈ ਕਈ ਜਿੱਤਾਂ ਪ੍ਰਾਪਤ ਕੀਤੀਆਂ। 1975 ਵਿੱਚ ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ ਨਾਲ ਹਰੀਦوار ਵਿਖੇ ਖੇਡਦਿਆਂ ਸਰਵਿਸ ਦੀ ਪੇਸ਼ਕਸ਼ ਹੋਈ ਤਾਂ ਉਹਨਾਂ ਨੇ ਮੰਨਜ਼ੂਰ ਕਰ ਲਈ। ਉੱਥੇ 2 ਸਾਲ ਦੀ ਸਰਵਿਸ ਦੌਰਾਨ BHEL ਹਾਕੀ ਫੁੱਟਬਾਲ ਬਾਸਕਟਬਾਲ ਅਤੇ ਐਥਲੈਟਿਕਸ ਵਿੱਚ ਮਾਣ ਮੱਤियां ਜਿੱਤਾਂ ਪ੍ਰਾਪਤ ਕੀਤੀਆਂ ਇੱਕ ਹਾਕੀ ਦੇ ਮੈਚ ਵਿੱਚ ਖੇਡਦਿਆਂ ਉਹਨਾਂ ਨੂੰ ਫੂਡ ਸਪਲਾਈ ਵਿਭਾਗ ਵੱਲੋਂ ਇੰਸਪੈਕਟਰ ਦੀ ਪੇਸ਼ਕਸ਼ ਆ ਗਈ ਤਾਂ ਉਹ ਇਸ ਵਿਭਾਗ ਵਿੱਚ ਆ ਗਏ ਜਿੱਥੋਂ ਉਹ 2005 ਵਿੱਚ ਬਟੌਰ ਜ਼ਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸੇਵਾ ਮੁਕਤ ਹੋਏ। ਸੇਵਾ ਮੁਕਤੀ ਬਾਅਦ ਉਹ ਨਿਸਵਾਰਥ ਭਾਵਨਾ ਨਾਲ ਆਪਣੇ ਪਿੰਡ ਦੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਦੀ ਅਹਿਮ ਸਮਾਜ ਸੇਵਾ ਨਿਭਾ ਰਹੇ ਹਨ। ਕਬੱਡੀ ਦੇ ਕੋਚ, ਪ੍ਰਬੰਧਕ ਅਤੇ ਰੈਫਰੀ ਦੇ ਤੌਰ ਤੇ ਸਾਰੀਆਂ ਸੇਵਾਵਾਂ ਆਪੇ ਨਿਭਾਉਣ ਦੇ ਨਾਲ-ਨਾਲ ਉਹ ਆਪ ਵੀ ਸੀਨੀਅਰ ਗਰੁੱਪ ਵਿੱਚ ਕਬੱਡੀ ਖੇਡਦੇ ਹਨ। ਦਸੰਬਰ 2013 ਵਿੱਚ ਪਹਿਲੀ ਮੀਟ ਵਿੱਚ ਹੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੈਂਥ ਤੋਂ 70 ਸਾਲ ਦੇ ਵਰਗ ਵਿੱਚ 100 ਮੀਟਰ 200 ਮੀਟਰ ਲੰਬੀ ਛਾਲ ਅਤੇ ਤੀਰੀ ਛਾਲ ਵਿੱਚ 골ਡ ਮੈਡਲ ਪ੍ਰਾਪਤ ਕਰਨ ਵਿੱਚ ਸਫਲ ਹੋ ਗਏ। ਜੈਪੁਰ ਵਿਖੇ ਅਜਿਹੇ ਮੁਕਾਬਲਿਆਂ ਵਿੱਚ ਹੀ ਉਹਨਾਂ ਨੇ ਆਪਣੇ ਵਰਗ ਵਿੱਚ 100 ਮੀਟਰ ਦੌੜ ਵਿੱਚ 12.9 ਸੈਕਿੰਡ ਦਾ ਇੰਡੀਆ ਦਾ ਨਵਾਂ ਰਿਕਾਰਡ ਕਾਇਮ ਕੀਤਾ। ਹੁਣ ਇੱਕ ਤੇ ਇੰਡੀਆ ਲਿਖਵਾਉਣ ਦਾ ਉਹਨਾਂ ਦਾ ਸੁਪਨਾ ਸাকার ਹੋਣ ਦੇ ਕਰੀਬ ਆਈ ਜਾ ਰਿਹਾ ਸੀ। ਉਹਨਾਂ ਦੇ ਨਿਰੰਤਰ ਆਤਮ ਵਿਸ਼ਵਾਸੀ ਅਭਿਆਸ ਅਤੇ ਪਰਮਾਤਮਾ ਵਿਸ਼ਵਾਸੀ ਅਰਦਾਸ ਦੀ ਬਦੌਲਤ ਆਕਲੈਂਡ ਨਿਊਜ਼ੀਲੈਂਡ ਵਰਲਡ ਮਾਸਟਰ ਗੇਮਸ 2017 ਲਈ ਉਹਨਾਂ ਦੀ ਚੋਣ ਹੋ ਗਈ। ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਆਖਰ 23 ਅਪ੍ਰੈਲ 2017 ਮੇਰੀ ਜ਼ਿੰਦਗੀ ਦਾ ਅਹਿਮ ਅਤੇ ਪਰਖ ਦਾ ਦਿਨ ਹੋ ਨਿਬੜਨ ਵਾਲਾ ਸੀ ਖਚਾ ਖਚ ਭਰਿਆ ਸਟੇਡੀਅਮ ਬਿਲਕੁਲ ਸ਼ਾਂਤ ਸੀ ਮੈਂ ਆਪਣੇ ਬਲਾਕ ਵਿੱਚ ਗੋਡਾ ਨਿਵਾ ਕੇ ਅਸਮਾਨ ਵੱਲ ਆਪਣੇ ਰੱਬ ਨੂੰ ਸਜਦਾ ਅਤੇ ਤਰਲਾ ਕੀਤਾ ਮੇਰਾ ਮਨ ਪੂਰੇ ਟਿਕਾ ਵਿੱਚ ਸੀ ਇੱਕ ਪਲ ਲਈ ਮੈਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਅੱਜ ਪਹਿਲੀ ਵਾਰ ਅਸਮਾਨੋਂ ਹੰਗਾਰਾ ਜਿਹਾ ਮਿਲਿਆ ਸੀ ਸਟਾਰਟਿੰਗ ਗਨ ਦੀ ਆਵਾਜ਼ ਆਈ ਸਾਰੇ ਹੀ ਦੌੜਾਕ ਗੋੜਿਆਂ ਵਾਂਗ ਛੂਟ ਵੱਟ ਕੇ ਮੰਜ਼ਲ ਵੱਲ ਟੁੱਟ ਪਏ ਤਕਰੀਬਨ ਤਿੰਨੇ ਬਰਾਬਰ ਪਰ ਕੈਮਰਿਆਂ ਦੇ ਸਰਵੇ ਤੋਂ ਬਾਅਦ ਮੈਨੂੰ ਤੀਸਰਾ ਸਥਾਨ ਪ੍ਰਾਪਤ ਹੋ ਸਕਿਆ ਮੈਂ ਫਿਰ ਵੀ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਸਾਂ ਅਮਰੀਕਨ ਦੌੜਾਕ ਫਰਸਟ ਪਾਵ ਪਹਿਲੇ ਨੰਬਰ ਤੇ ਸੀ ਨਿਊਜ਼ੀਲੈਂਡਰ ਸੈਕੰਡ ਪਾਵ ਦੂਜੇ ਤੇ ਅਤੇ ਹਿੰਦੁਸਤਾਨੀ ਬਹਾਦਰ ਸਿੰਘ ਬਲ ਥਰਡ ਪਾਵ ਤੀਜੇ ਨੰਬਰ ਤੇ ਸੀ ਭਾਰਤ ਦੇ ਖੇਮੇ ਵਿੱਚ ਪੰਜਾਬ ਵਿੱਚ ਅਤੇ ਖਾਸ ਤੌਰ ਤੇ ਪਿੰਡ ਤਾਜਪੁਰ ਰਮੀਤੇ ਵਿੱਚ ਖੁਸ਼ੀ ਦਾ ਆਲਮ ਛਾਇਆ ਪਿਆ ਸੀ। ਬਹਾਦਰ ਸਿੰਘ ਬਲ ਦਾ ਜੀਵਨ ਸਾਡੇ ਸਾਰਿਆਂ ਲਈ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਨਾ ਚਾਹੀਦਾ ਹੈ। ਲੱਖ دشਵਾਰੀਆਂ ਦੇ ਬਾਵਜੂਦ ਅਤੇ ਖੁੱਦਦਾਰੀ ਨੂੰ ਕਾਇਮ ਰੱਖਣ ਲਈ ਕਈ ਥਾਈਂ ਦਿਲ ਢਾਉ ਪੱਖਪਾਤੀ ਵਿਵਹਾਰ ਮਿਲਣ ਦੇ ਬਾਵਜੂਦ ਉਨ੍ਹਾਂ ਆਪਣੇ ਸੁਪਨੇ ਸাকার ਕੀਤੇ ਹਨ ਅਤੇ 70 ਸਾਲ ਤੋਂ ਉੱਪਰ ਉਮਰ ਵਿੱਚ ਵੀ ਸੰਸਾਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਤੰਦਰੁਸਤ ਲੰਮਾ ਅਤੇ ਲਾਹੇਵੰਦ ਖੇਡ ਜੀਵਨ ਬਤੀਤ ਕਰਦੇ ਹੋਏ ਹੋਰ ਪ੍ਰਾਪਤੀਆਂ ਵੱਲ ਸਾਬਤ ਕਦਮੀ ਨਾਲ ਵਧਦੇ ਰਹਿਣ ਸਿੱਖਿਆ ਬਹਾਦਰ ਸਿੰਘ ਬਲ ਵਡੇਰੀ ਉਮਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਨ